सौ लगे गालां कढ़न नूं चित कर केंद्र सरकार नूं। केंद्र सरकार जिहड़ी मर्जी रही होवे इह भुलेखा तुहाडा कि पंजाब प्रदूषण रहा। ਕੱਲ ਤੁਸੀਂ ਦੇਖ ਰਹੇ ਹੋ ਪੰਜਾਬ ਲੋਕਮਤ ਟੀਵੀ। ਇਸ ਵੇਲੇ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਬਣੇ ਹੋਏ ਆ। ਸ਼ੰਭੂ ਮੋਰਚਾ ਜਿਹੜਾ ਉਹ ਲਗਾਤਾਰ ਭਖ ਰਿਹਾ। ਸਾਡੇ ਨਾਲ ਹੱਬੀ ਧਾਲੀਵਾਲ ਜੀ ਨੇ, ਲੱਕੀ ਧਾਲੀਵਾਲ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ, ਜਾਣਦੇ ਆ ਕਿ ਕੀ ਪੱਖ ਆ ਔਰ ਕੀ ਮਨ ਦੇ ਵਿੱਚ ਵਲਵਲੇ ਆ ਜੋ ਲੈ ਕੇ ਆਏ ਨੇ। ਧਾਲੀਵਾਲ ਸਾਹਿਬ, ਮਨ ਦੇ ਵਿੱਚ ਕੀ ਵਲਵਲਾ ਆਇਆ ਜਾਂ ਕੀ ਖਿਆਲ ਆਇਆ ਕਿ ਸ਼ੰਭੂ ਬਾਰਡਰ ਦੇ ਉੱਤੇ ਜਾਣਾ ਚਾਹੀਦਾ? ਤਿੰਨੇ ਆਰਡੀਨੈਂਸ ਪੰਜਾਬ ਦੀ ਕਿਸਾਨੀ ਦੇ ਖਿਲਾਫ ਨੇ, ਉਹੀ ਵਲਵਲਾ ਲੈ ਕੇ ਆਇਆ। ਸੌ ਲੱਗੇ ਗਾਲਾਂ ਕੱਢਣ ਨੂੰ ਚਿੱਤ ਕਰਦਾ, ਸੌ ਲੱਗੇ ਆਪਦੇ ਆਪ ਨੂੰ ਅਸੀਂ ਲੁੱਟੇ ਹੋਏ ਮਹਿਸੂਸ ਕਰਦੇ ਹਾਂ, ਕਿਉਂਕਿ ਸਾਨੂੰ ਸੰਨ 47 ਤੋਂ ਲੈ ਕੇ ਸਿਰਫ ਵਰਤਿਆ ਗਿਆ। ਬਸ ਅੱਜ ਲੱਗਿਆ ਉਹਨਾਂ ਨੂੰ, ਕੇਂਦਰ ਸਰਕਾਰ ਨੂੰ। ਕੇਂਦਰ ਸਰਕਾਰ ਜਿਹੜੀ ਮਰਜ਼ੀ ਰਹੀ ਹੋਵੇ, ਹਰ ਇੱਕ ਨੇ ਪੰਜਾਬ ਨੂੰ ਵਰਤਿਆ। ਜਿੱਦਣ ਅਨਾਜ ਦੀ ਲੋੜ ਸੀ ਉਸ ਦਿਨ, ਜਿਸ ਦਿਨ ਨੌਜਵਾਨੀ ਦੀ ਲੋੜ ਸੀ ਉਸ ਦਿਨ, ਜਿੱਦਣ ਇਹਨਾਂ ਨੂੰ ਨਸ਼ਾ ਵੇਚਣ ਦੀ ਲੋੜ ਪਈ ਉੱਦਣ ਵੀ ਪੰਜਾਬ ਨੂੰ ਵਰਤਿਆ ਇਹਨਾਂ ਨੇ। ਅਤੇ ਹੁਣ ਜਦੋਂ ਪੰਜਾਬ 'ਚ ਕੁਛ ਰਿਹਾ ਨਹੀਂ, ਇਹਨਾਂ ਨੂੰ ਲੱਗਦਾ ਇਹ ਭੁਲੇਖਾ ਤੁਹਾਡਾ ਕਿ ਪੰਜਾਬ 'ਚ ਕੁਛ ਰਿਹਾ ਨਹੀਂ। ਪੰਜਾਬ 'ਚ ਸਭ ਕੁਛ ਹੈ, ਅਤੇ ਉਦੋਂ ਸਾਨੂੰ ਅਸੀਂ ਅੱਜ ਯੂਜ਼ਡ ਐਂ ਲੱਗਦਾ ਜਿਵੇਂ ਸਾਨੂੰ ਕੋਈ ਵਰਤ ਕੇ ਨੈਪਕਿਨ ਵਾਂਗੂ ਨੱਕ ਪੂੰਝ ਕੇ ਸਿੱਟ ਗਿਆ ਹੋਵੇ, ਮੈਨੂੰ ਐਂ ਲੱਗਦਾ ਆਪਣਾ ਆਪ। ਅੱਛਾ ਧਾਲੀਵਾਲ ਸਾਹਿਬ, ਇਹ ਆ ਕਿ ਹੁਣ ਆਮ ਤੌਰ 'ਤੇ ਲੋਕਾਂ ਨੂੰ ਗੱਲ ਸਮਝ ਆ ਗਈ ਆ ਕਿ ਇਹ ਬਿੱਲ ਸਾਡੇ ਹਿੱਤ 'ਚ ਨਹੀਂ ਹੈਗੇ ਗੇ, ਨੁਕਸਾਨ ਆ ਚਾਹੇ ਜਾਂ ਪੂਰੀ ਤਰ੍ਹਾਂ ਦੇ ਨਾਲ ਨਹੀਂ ਪਤਾ ਹੈ ਨਾ, ਪਰ ਫਿਰ ਵੀ ਜਿਹੜੇ ਮੋਰਚੇ ਲੋਕ ਪਹੁੰਚ ਰਹੇ ਨੇ ਉਹ ਕਿਤੇ ਨਾ ਕਿਤੇ ਮੈਸੇਜ ਜਾਂਦਾ ਕਿ ਯਾਰ ਫਲਾਣੇ ਮੋਰਚੇ 'ਚ ਨਹੀਂ ਜਾਣਾ, ਫਲਾਣੇ 'ਚ ਨਹੀਂ ਜਾਣਾ। ਤੁਸੀਂ ਦੇਖ ਹੀ ਰਹੇ ਹੋ ਸੋਸ਼ਲ ਮੀਡੀਆ 'ਤੇ ਵੀ, ਕਿਵੇਂ ਦੇਖਦੇ ਹੋ ਇਸ ਚੀਜ਼? ਬਾਈ ਜੀ, ਇੱਥੇ ਮੈਂ ਬਿਲਕੁਲ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ। ਪੰਜਾਬੀਆਂ ਕੋਲ ਇੱਕ ਆਖਰੀ ਮੌਕਾ ਇਹ, ਜੇ ਇੱਕ ਦੂਸਰੇ 'ਤੇ ਵਿਸ਼ਵਾਸ ਕਰਕੇ ਇਕੱਠੇ ਨਾ ਹੋਏ ਤਾਂ ਲੁੱਟ ਜਾਣਗੇ, ਖਤਮ ਹੋ ਜਾਣਗੇ, ਬਰਬਾਦ ਹੋ ਜਾਣਗੇ। ਅੱਛਾ, ਇੱਕ ਚੀਜ਼ ਹੋਰ ਆ ਧਾਲੀਵਾਲ ਸਾਹਿਬ, ਕਿ ਸਿਆਸੀ ਪਾਰਟੀਆਂ, ਆਪਾਂ ਕਿਸੇ ਦਾ ਵੀ ਨਾਂ ਨਹੀਂ ਲੈਣਾ ਹੈਗਾ, ਸਾਰਿਆਂ ਦਾ ਇਹੋ ਹਾਲ ਆ ਜਾਂ ਸਾਰਿਆਂ ਤੋਂ ਲੋਕ ਅੱਕੇ ਪਏ ਨੇਗੇ, ਕਿਸੇ ਨਾ ਕਿਸੇ ਦਿਨ ਜਿਹੜੇ ਦਿਨ ਮੋਰਚੇ ਹੁੰਦੇ ਆ ਉਸੇ ਦਿਨ ਆ ਉਹ ਵਿੱਢ ਲੈਂਦੀਆਂ ਆਪਦੀ ਮੁਹਿੰਮ ਸ਼ੁਰੂ ਕਰ ਲੈਂਦੀਆਂ ਨੇ, ਤਾਂ ਕੀ ਕਹੋਗੇ ਸਿਆਸੀ ਪਾਰਟੀਆਂ ਨੂੰ? ਸ਼ਰਮ ਕਰੋ, ਪੰਜਾਬ ਨੂੰ ਬਚਾ ਲਓ ਜੀ। ਬਹੁਤ ਬਹੁਤ ਮਿਹਰਬਾਨੀ ਧਾਲੀਵਾਲ ਸਾਹਿਬ, ਔਰ ਸਾਡੇ ਨਾਲ ਲੱਕੀ ਧਾਲੀਵਾਲ ਨੇ ਬਾਈ ਨਾਲ ਵੀ ਗੱਲ ਕਰ ਲੈਣੇ। ਬਾਈ ਜੀ, ਮਨ 'ਚ ਕੀ ਖਿਆਲ ਲੈ ਕੇ ਆਏ ਹੋ ਜਾਂ ਕੀ ਮਨ 'ਚ ਲੱਗਿਆ ਕਿ ਆਉਣਾ? ਜੋ ਬਾਈ ਨੇ ਬੋਲਤਾ ਜੀ, ਮੈਂ ਤਾਂ ਬੜਾ ਇਕੱਠੀ ਬੋਲਦਾ ਹੁੰਦਾ, ਮੇਰੇ ਤਾਂ ਐਂ ਵੀ ਜਿੱਥੇ ਸਾਡੇ ਕਿਸਾਨ ਵੀਰ ਬੈਠੇ ਨੇ ਜਾਵਾਂਗੇ ਬਾਈ ਜੀ। ਅਤੇ ਕੇਂਦਰ ਨੂੰ ਕੀ ਕਹੋਗੇ? ਕੇਂਦਰ ਸਰਕਾਰ, ਖਾਸ ਕਰਕੇ ਕਿਸਾਨ ਤਾਂ ਭੱਖੇ ਪਏ ਨੇ ਆਪਣੇ, ਕਿਸਾਨ ਨਹੀਂ ਇਕੱਲੇ, ਹਰੇਕ ਵਰਗ ਪੰਜਾਬੀ ਹੈ ਜਿਹੜਾ ਉਹ ਭੱਖਿਆ ਪਿਆ ਇਸ ਟਾਈਮ 'ਤੇ, ਕੇਂਦਰ ਸਰਕਾਰ ਨੂੰ ਕੀ ਕਹੋਗੇ? ਬਸ ਵੀ ਸ਼ਰਮ ਕਰੋ, ਜੋ ਪਹਿਲਾਂ ਕਿਹਾ ਬਾਈ ਨੇ, ਹੈ ਨਾ, ਬਹੁਤ ਅੱਕੇ ਪਏ ਹਾਂ। ਅਤੇ ਬਾਕੀ ਹੁਣ ਜਿਹੜਾ ਚੱਲ ਰਿਹਾ ਵੀ ਹੁਣ ਤਾਂ ਕਰਕੇ ਦਿਖਾਉਣਾ ਪੈਣਾ, ਤਾਂ ਕਰਕੇ ਦਿਖਾਵਾਂਗੇ। ਬਹੁਤ ਬਹੁਤ ਮਿਹਰਬਾਨੀ। ਸੋ ਸਨ ਲੱਕੀ ਧਾਲੀਵਾਲ ਜੀ, ਇਸੇ ਤਰ੍ਹਾਂ ਦੇ ਨਾਲ ਤੁਸੀਂ ਬਣੇ ਰਹੋ ਪੰਜਾਬ ਲੋਕਮਤ ਟੀਵੀ ਦੇ ਨਾਲ।